ਪੰਜਾਬ ਦੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਹੁਸ਼ਿਆਰਪੁਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਦਿਨੀ ਹੁਸ਼ਿਆਰਪੁਰ ਵਿਖੇ ਵੱਖ ਵੱਖ ਪ੍ਰੋਜੈਕਟਾਂ ਦੇ ਰੱਖੇ ਗਏ ਨੀਂਹ ਪੱਥਰਾਂ ਦਾ ਕੰਮ ਸ਼ੁਰੂ ਹੋ ਚੁੱਕਾ ਹੈ, ਜਿਸ ਲਈ ਉਹਨਾਂ ਸਰਕਾਰੀ ਕਾਲਜ ਦੀ ਲਾਇਬ੍ਰੇਰੀ ਅਤੇ ਲੜਕੀਆਂ ਦੇ ਹੋਸਟਲ ਦੇ ਨਿਰਮਾਣ ਦੇ ਪਹਿਲੇ ਪੜਾਅ ਤਹਿਤ ਹੋਣ ਵਾਲੇ ਕੰਮ ਲਈ 1 ਕਰੋੜ ਰੁਪਏ ਦਾ ਚੈੱਕ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਈਸ਼ਾ ਕਾਲੀਆ ਨੂੰ ਸੌਂਪਿਆ। ਇਸ ਮੌਕੇ ਉਹਨਾਂ ਕਿਹਾ ਕਿ ਹੁਸ਼ਿਆਰਪੁਰ ਫਗਵਾੜਾ ਮਾਰਗ 'ਤੇ ਰੇਲਵੇ ਓਵਰ ਬ੍ਰਿਜ ਲਈ NOC ਆ ਚੁੱਕਾ ਹੈ ਅਤੇ 81 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਰੇਲਵੇ ਓਵਰ ਬ੍ਰਿਜ ਦਾ ਕੰਮ ਜਲਦ ਹੀ ਸ਼ੁਰੂ ਹੋਵੇਗਾ। ਸਾਹਿਬ, ਜਿਹਦਾ ਨੀਂਹ ਪੱਥਰ ਰੱਖ ਕੇ ਗਏ ਸੀ ਗੌਰਮੈਂਟ ਕਾਲਜ ਦੀ ਲਾਇਬ੍ਰੇਰੀ ਅਤੇ ਗਰਲਜ਼ ਹੋਸਟਲ ਦਾ, ਉਹਦਾ ਟੈਂਡਰ ਹੋ ਗਿਆ। ਅੱਜ ਜਿਹੜਾ ਮੈਂ ਪਹਿਲਾ ਚੈੱਕ ਜਿਹੜਾ PW ਡਿਪਾਰਟਮੈਂਟ ਜਿਹਨਾਂ ਨੇ ਕੰਮ ਦਿੱਤਾ ਹੈਗਾ, ਜਿਹੜੀ ਸਾਡੀ ਏਜੰਸੀ ਹੈ, ਉਹਨਾਂ ਨੂੰ ਅੱਜ ਪਹਿਲਾਂ 1 ਕਰੋੜ ਰੁਪਏ ਦਾ ਚੈੱਕ ਜਿਹੜਾ ਦਿੱਤਾ ਕਿ ਜਿਹੜਾ ਕੰਮ ਜਿਹੜਾ ਸ਼ੁਰੂ ਕਰਾਉਣਾ ਸੀ ਉਹਦੇ ਬਾਰੇ ਉਹਨਾਂ ਨੂੰ ਚੈੱਕ ਦਿੱਤਾ ਗਿਆ। ਬਾਕੀ ਜਿੰਨੇ CM ਸਾਹਿਬ ਜਿਹਨਾਂ ਦਾ ਨੀਂਹ ਪੱਥਰ ਰੱਖ ਕੇ ਗਏ ਸੀ, ਉਹ ਤਕਰੀਬਨ ਸਾਰੇ ਕੰਮ ਬੜੀ ਜਲਦ 1-2 ਮਹੀਨੇ ਦੇ ਅੰਦਰ ਸ਼ੁਰੂ ਹੋ ਰਹੇ ਨੇ। NOC ਹੋ ਗਈਆਂ ਨੇ, ਡਿਪਾਰਟਮੈਂਟ ਜਿਹੜੀਆਂ ਏਜੰਸੀਜ਼ ਜਿਹਨਾਂ ਨੂੰ ਕੰਮ ਅਲਾਟ ਹੋਏ ਨੇ ਉਹ ਆਪਣਾ ਕੰਮ ਕਰ ਰਹੀਆਂ ਨੇ, ਅਤੇ ਬਹੁਤ ਜਲਦ ਜਿੰਨੇ ਵੀ ਨੀਂਹ ਪੱਥਰ ਰੱਖੇ ਸੀ ਉਹ ਜਿਹੜੇ ਕੰਮ ਹੈ ਉਹ ਸ਼ੁਰੂ ਹੋ ਜਾਣਗੇ। ਔਰ ਇੱਕ ਹੁਸ਼ਿਆਰਪੁਰ ਦੀ ਜੋ CM ਸਾਹਿਬ ਦੀ ਸੋਚ ਸੀ ਕਿ ਤੰਦਰੁਸਤ ਪੰਜਾਬ ਬਣਾਉਣਾ, ਹੁਸ਼ਿਆਰਪੁਰ ਨੂੰ ਗ੍ਰੀਨ ਕੀਤਾ ਜਾ ਰਿਹਾ, ਸਾਰੇ ਸ਼ਹਿਰ ਦੇ ਅੰਦਰ ਜਿੰਮ ਲਗਾਏ ਜਾ ਰਹੇ ਨੇ, ਕਿ ਵਾਕਈ ਹੀ ਜਿਹੜਾ ਸਾਡਾ ਮਿਸ਼ਨ ਹੈ CM ਸਾਹਿਬ ਦਾ ਕਿ ਤੰਦਰੁਸਤ ਪੰਜਾਬ ਬਣਾਉਣਾ, ਅਸੀਂ ਉਸ ਮਿਸ਼ਨ 'ਚ ਅਸੀਂ ਜਿੰਮ ਲਗਾ ਰਹੇ ਹਾਂ। ਕਈ ਨਵੇਂ ਜਿਹੜੇ ਹੋਰ ਪ੍ਰੋਜੈਕਟ ਹੈ ਹੁਸ਼ਿਆਰਪੁਰ ਦੇ ਅੰਦਰ ਆ ਰਹੇ ਨੇ। ਮੈਂ ਉਮੀਦ ਕਰਦਾ ਕਿ ਜਿਹੜੇ ਜਿੰਨੇ ਵੀ CM ਸਾਹਿਬ ਨੇ ਨੀਂਹ ਪੱਥਰ ਰੱਖੇ ਸੀ, ਇਹ ਜਿੱਦਾਂ 2 ਕੰਮ ਸ਼ੁਰੂ ਹੋ ਚੁੱਕੇ ਨੇ, ਬਾਕੀ ਦੇ ਜਿਹੜੇ 3-4 ਹੋਰ ਕੰਮ ਨੇ ਇਹ ਵੀ 1-2 ਮਹੀਨੇ ਦੇ ਅੰਦਰ ਸ਼ੁਰੂ ਹੋ ਜਾਣਗੇ। ਇਹ 81 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਿਹਾ, ਔਰ ਇਹਦੇ ਲਈ ਜਿਹੜੀ ਹੈ DPR ਜਿਹੜੀ ਹੋਣੀ ਹੋ ਰਹੀ ਹੈ, ਜਦ ਜੁਆਇੰਟ DPR ਬਣ ਜਾਏਗੀ, ਟੈਂਡਰ ਹੋ ਜਾਏਗਾ ਅਤੇ ਇਹਦਾ ਕੰਮ ਸ਼ੁਰੂ ਹੋ ਜਾਏਗਾ। ਸਾਰੀ ਕੁਛ NOC ਵਗੈਰਾ ਆ ਚੁੱਕੀ ਹੈ।